ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੁਖਪਾਲ ਸਿੰਘ ਖਹਿਰਾ ਵੱਲੋਂ ਇਨਸਾਫ ਮਾਰਚ 4 ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਇਸ ਮਾਰਚ ਦੀ ਚਰਚਾ ਹੋਈ ਔਰ ਚਰਚਾ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਗਈ। ਲੱਖਾਂ ਸਧਾਣਾ ਨੇ ਜਿਹੜੇ ਸਮਾਜ ਸੇਵਕ ਨੇ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਸਾਡੇ ਨਾਲ ਨੇ ਲੱਖਾਂ ਸਧਾਣਾ। ਸਧਾਣਾ ਸਾਹਿਬ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਦੇ ਇਨਸਾਫ ਮੋਰਚੇ ਤੋਂ, ਕਿਉਂਕਿ ਤੁਸੀਂ ਤਾਂ ਪੀਪਲਸ ਪਾਰਟੀ ਆਫ ਪੰਜਾਬ ਮਨਪ੍ਰੀਤ ਬਾਦਲ ਦਾ ਵੀ ਇਸ ਤਰ੍ਹਾਂ ਦਾ ਜਲੌ ਦੇਖਿਆ? ਦੇਖੋ, ਉਹ ਗੱਲਾਂ ਹੋਰ ਸੀ, ਅੱਜ ਗੱਲਾਂ ਹੋਰ ਨੇ। ਕਈ ਵਾਰੀ ਬੰਦਿਆਂ ਦੇ ਕਿਰਦਾਰਾਂ ਦੇ ਬੜੇ ਫਰਕ ਹੁੰਦੇ ਨੇ ਅਤੇ ਮੈਨੂੰ ਲੱਗਦਾ ਕਿ ਅੱਜ ਵਾਕਈ ਪੰਜਾਬ ਕੁਛ ਬਦਲਾਅ ਚਾਹੁੰਦਾ। ਪੰਜਾਬ ਦਾ ਨੌਜਵਾਨ, ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਆ ਜਿਹੜਾ, ਉਹ ਚਾਹੁੰਦਾ ਕਿ ਕੋਈ ਤਬਦੀਲੀ ਆਵੇ, ਚੰਗੇ ਬੰਦਿਆਂ ਦੇ ਹੱਥ ਆ ਜਿਹੜੀ ਉਹ ਰਾਜ ਸੱਤਾ ਆਵੇ ਤਾਂ ਕਿ ਪੰਜਾਬ ਦਾ ਕੋਈ ਭਲਾ ਹੋ ਸਕੇ। ਸੋ ਚੰਗਾ ਸੰਕੇਤ ਹੈ ਕਿ ਅੱਜ ਇੱਕ ਮੰਚ ਦੇ ਉੱਤੇ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਬੈਂਸ, ਡਾਕਟਰ ਧਰਮਵੀਰ ਗਾਂਧੀ ਅਤੇ ਹੋਰ ਵੀ ਕਈ ਜਿਹੜੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਉਹ ਇਕੱਠੀਆਂ ਹੋਈਆਂ ਨੇ। ਇੱਕ ਮਾਰਚ ਕੱਢਿਆ ਜਾ ਰਿਹਾ, ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇੱਥੇ ਲੋਕ ਆਏ ਨੇ। ਅਸੀਂ ਵੀ ਆਪਣੀ ਜਥੇਬੰਦੀ ਵੱਲੋਂ, ਮਾਂ ਬੋਲੀ ਸਤਿਕਾਰ ਜਥੇਬੰਦੀ ਵੱਲੋਂ ਅਸੀਂ ਆਪਣਾ ਇੱਕ ਜਥਾ ਲੈ ਕੇ ਆਏ ਹਾਂ। ਸੋ ਪਰ ਅਸੀਂ ਕਿਸੇ ਪਾਰਟੀ ਨਾਲ ਨਹੀਂ ਆਏ, ਨਾ ਸਾਡੀ ਕੋਈ ਰਾਜਨੀਤਿਕ ਪਾਰਟੀ ਹੈ, ਨਾ ਅਸੀਂ ਪਾਰਟੀ ਸਪੋਰਟ ਕਰ ਰਹੇ। ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਬੰਦਾ, ਕਿਸੇ ਧਰਮ ਦਾ ਬੰਦਾ ਹੋਵੇ, ਕੋਈ ਸਿਆਸੀ ਬੰਦਾ ਹੋਵੇ, ਕੋਈ ਵਿਦਵਾਨ ਹੋਵੇ, ਜਿਹੜਾ ਬੰਦਾ ਪੰਜਾਬ ਨੂੰ ਬਚਾਉਣ ਲਈ ਇੱਕ ਵਧੀਆ ਸੋਚ ਲੈ ਕੇ ਚੱਲਦਾ, ਇਮਾਨਦਾਰੀ ਨਾਲ ਚੱਲਦਾ, ਅਸੀਂ ਉਹਦੇ ਨਾਲ ਖੜ੍ਹੇ ਹਾਂ। ਪਹਿਲਾਂ ਵੀ ਅਸੀਂ ਬਰਗਾੜੀ ਮੋਰਚੇ ਦੇ ਵਿੱਚ ਜੁੜੇ ਹੋਏ ਹਾਂ 1 ਜੂਨ ਤੋਂ ਲੈ ਕੇ। ਸੋ ਇਸ ਮਾਰਚ ਦੇ ਨਾਲ ਵੀ ਅਸੀਂ ਜਿੰਨੇ ਦਿਨ ਇਹ ਚੱਲੂਗਾ ਇਹਦੇ ਨਾਲ ਜੁੜੇ ਰਹਾਂਗੇ। ਇਸ ਤੋਂ ਇਲਾਵਾ ਤੁਸੀਂ ਮਾਲਵੇ ਦੇ ਵਿੱਚ ਕਿੱਡੀ ਕੁ ਸਪੇਸ ਦੇਖਦੇ ਹੋ ਕਿ ਤੀਜੀ ਧਿਰ ਖੜੀ ਹੋਣ ਦੀ ਉਮੀਦ ਹੈਗੀ ਹੈ, ਸੁਖਪਾਲ ਖਹਿਰਾ ਉਸ ਨੂੰ ਕਰ ਪਾਏਗਾ? ਹਾਂ, ਇਹ ਦੇਖੋ, ਇਹ 2 ਗੱਲਾਂ ਨੇ। ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਨਵਾਂ ਕੋਈ ਬਦਲਾਅ ਆਉਂਦਾ ਜਾਂ ਖੜਾ ਹੁੰਦਾ ਤਾਂ ਉਹਦੇ 'ਚ ਨਾ ਕਈ ਵਾਰੀ ਚੌਧਰਾਂ ਮਾਰ ਲੈਂਦੀਆਂ ਨੇ। ਹਰ ਬੰਦੇ 'ਚ ਇੱਕ ਈਗੋ ਪ੍ਰੋਬਲਮ ਆ, ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਹੁਣ ਪਤਾ ਨਹੀਂ ਆ ਇਕੱਠ ਮੇਰੇ ਕਰਕੇ ਹੋ ਗਿਆ। ਇਕੱਠ ਹੋ ਰਿਹਾ, ਜਿਹੜਾ ਵੀ ਇਕੱਠ ਹੋ ਰਿਹਾ ਕਿਸੇ ਬੰਦੇ ਦੇ ਮੂੰਹ ਨੂੰ ਨਹੀਂ ਹੋ ਰਿਹਾ, ਜੇ ਮੈਂ ਆਖਾਂ ਮੇਰੇ ਮੂੰਹ ਨੂੰ ਹੋ ਰਿਹਾ। ਲੋਕ ਬਦਲਾਅ ਚਾਹੁੰਦੇ ਆ, ਲੋਕ ਅੱਖ ਚੁੱਕੇ ਆ, ਲੋਕਾਂ ਨੇ ਅਕਾਲੀ ਦੇਖ ਲਏ, ਲੋਕਾਂ ਨੇ ਕਾਂਗਰਸੀ ਦੇਖ ਲਏ, ਹੈ ਨਾ। ਹੁਣ ਲੋਕ ਚਾਹੁੰਦੇ ਆ ਕੋਈ ਚੰਗੇ ਬੰਦੇ ਅੱਗੇ ਆਉਣ, ਪਰ ਇਹ ਚੰਗੇ ਬੰਦਿਆਂ ਨੂੰ ਮੇਰੀ ਇੱਕ ਨੇਕ ਸਲਾਹ ਇਹੀ ਹੈ ਵੀ ਆਪਣੀਆਂ ਚੌਧਰ ਆਪਣੇ ਛੱਡਣੇ ਪੈਣੇ ਆ। ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦਾ ਮੈਂ ਹਾਲਾਤ ਜਿਹੜੇ ਦੇਖੇ ਨੇ, ਐਡੀ ਵੱਡੀ ਮੈਨੂੰ ਲੱਗਦਾ ਕਿ ਮੁਹਿੰਮ ਬਣੀ ਸੀ, ਐਡੀ ਲੋਕ ਲਹਿਰ ਬਣ ਗਈ ਸੀ, ਪਰ ਉੱਥੇ ਵੀ ਉਹ ਗੜਬੜ ਕਰ ਗਏ, ਹੰਕਾਰ ਬਹੁਤ ਗਏ ਆ ਗਿਆ। 100 ਸੀਟ ਜਿੱਤਾਂਗੇ ਜੀ, ਆਪਦੀਆਂ ਚੌਧਰਾਂ ਚਲਾਉਣ ਲੱਗ ਗਿਆ, ਵੀ ਚੌਧਰ ਨੂੰ ਚਮਕਾਉਣ ਲੱਗ ਗਏ, ਉਹ ਨਾ ਕੰਮ ਹੋਵੇ। ਜੇ ਉਹ ਕੰਮ ਹੋ ਗਿਆ ਤਾਂ ਮੈਨੂੰ ਫੇਰ ਨਹੀਂ ਲੱਗਦਾ ਕੋਈ ਤੀਜਾ ਬਦਲਾਊਗਾ। ਪਰ ਜੇ ਇਹ ਸੱਚੇ ਦਿਲੋਂ, ਆਪਾਂ ਤਖ਼ਤ ਸਾਹਿਬ 'ਤੇ ਖੜ੍ਹੇ ਹਾਂ, ਮੈਂ ਕਹਿੰਦਾ ਸੱਚੇ ਦਿਲੋਂ ਇਮਾਨਦਾਰੀ ਨਾਲ ਅੱਜ ਇਹ ਸੌਂ ਸੰਗੰਧਾਂ ਖਾ ਕੇ ਚੱਲਣ ਵੀ ਸਾਨੂੰ ਚੌਧਰ ਨਾਲ ਪਿਆਰ ਨਹੀਂ, ਇੱਕ ਵਾਰੀ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਚਾਹੇ ਪਾਰਟੀ ਦੀ ਖਾਤਰ, ਇਸ ਪੰਜਾਬ ਨੂੰ ਬਚਾਉਣ ਦੀ ਖਾਤਰ ਚੌਧਰਾਂ ਨਾ ਵੀ ਮਿਲਣ, ਦਰੀਆਂ ਵੀ ਵਿਛਾਉਣੀਆਂ ਪੈਣ, ਲੋਕਾਂ ਦੇ ਅੱਗੇ ਜੋ ਮਰਜ਼ੀ ਕਰਨਾ ਪਵੇ, ਪਰ ਇੱਕ ਵਾਰੀ ਪੰਜਾਬ ਬਚਣਾ ਚਾਹੀਦਾ। ਜੇ ਇਹ ਸਮਰਪਣ ਦੀ ਭਾਵਨਾ ਲੈ ਕੇ ਚੱਲਣਗੇ ਤਾਂ ਮੈਨੂੰ 100 ਨਹੀਂ 200% ਉਮੀਦ ਆ ਕਿ ਪੰਜਾਬ 'ਚ ਬਦਲਾਅ ਆਊਗਾ। ਜਗਮੀਤ ਸਿੰਘ ਬਰਾੜ ਨੇ ਲੋਕ ਯੁੱਧ ਮੋਰਚਾ ਸ਼ੁਰੂ ਕੀਤਾ, ਕਾਂਗਰਸ ਤਵਾੜੀ ਬਣਾਈ, ਉਸ ਤੋਂ ਬਾਅਦ ਬਲਵੰਤ ਸਿੰਘ ਰਾਮੂਵਾਲੀਆ ਆ ਗਏ, ਉਹਨਾਂ ਨੇ ਲੋਕ ਭਲਾਈ ਪਾਰਟੀ ਬਣਾਈ, ਆਮ ਆਦਮੀ ਪਾਰਟੀ, ਪੀਪਲਸ ਪਾਰਟੀ ਆਫ ਪੰਜਾਬ। ਕਿਹੜੀਆਂ ਕਮੀਆਂ ਉਹਨਾਂ 'ਚ ਰਹੀਆਂ, ਜਿਹੜੀਆਂ ਇਸ 'ਚ ਹੁਣ ਨਾ ਰਹਿਣ, ਤੁਸੀਂ ਕੀ ਸੁਝਾਅ ਦਿਓਗੇ? ਦੇਖੋ, ਇਹ ਕਾਰਨ ਹੁੰਦੇ ਨੇ, ਜਿਵੇਂ ਹੁਣ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਕਿ ਪਿੱਛੇ ਜੇ ਨਾ ਇੱਕ ਮੈਂ ਖਬਰ ਸੁਣੀ ਸੀਗੀ ਕਿ ਜਿਹੜੇ ਆਪਣੇ ਟਕਸਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਖਬਾਰਾਂ ਵਾਲੇ ਤੁਹਾਡੇ ਮੀਡੀਆ ਵਾਲੇ ਕਹਿ ਦਿੰਦੇ ਆ, ਅਜਨਾਲਾ ਨੇ, ਸੇਖਮਾ ਨੇ, ਹੈ ਨਾ, ਸੋ ਬ੍ਰਹਮਪੁਰਾ ਨੇ, ਉਹ ਕਹਿੰਦੇ ਵੀ ਉਹ ਵੀ ਇਹਨਾਂ ਨਾਲ ਸ਼ਾਮਿਲ ਹੋ ਰਹੇ ਆ। ਇਹੀ ਗੜਬੜ ਕਦੇ ਮਨਪ੍ਰੀਤ ਨੇ ਕੀਤੀ ਸੀ, ਇਹੀ ਗੜਬੜ ਕਦੇ ਝਾੜੂ ਵਾਲੇ ਵੀ ਕਰ ਗਏ ਸੀ। ਲੋਕ ਚੱਲੇ ਹੋਏ ਕਾਰਤੂਸ਼ਾਂ ਨੂੰ ਪਸੰਦ ਨਹੀਂ ਕਰਦੇ, ਜਿਹੜੇ ਲੋਕਾਂ ਦੇ ਵਰਤੇ ਹੋਏ ਨੇ। ਅੱਜ ਉਹ ਬੰਦੇ ਨੇ, ਉਹ ਲੋਕਾਂ ਦੇ ਮਨ 'ਚ ਸ਼ੰਕ ਆ ਵੀ ਯਾਰ ਜਦੋਂ ਇਹ 10 ਨੇ ਰਾਜ ਭਾਗ ਭੋਗਿਆ ਉਦੋਂ ਇਹਨਾਂ ਦੇ ਪੰਜਾਬ ਨਹੀਂ ਯਾਦ ਆਇਆ, ਉਦੋਂ ਪੰਥ ਨਹੀਂ ਯਾਦ ਆ ਗਿਆ, ਅੱਜ ਕਿਵੇਂ ਆ ਗਿਆ? ਸੋ ਇਹ ਗੱਲਾਂ ਨੂੰ ਲੋਕ ਸਮਝਦੇ ਨੇ। ਉਹ ਗੱਲਾਂ ਬਾਈ ਜੀ ਗਈਆਂ ਜਿੰਨਾਂ ਟਾਈਮਾਂ ਦੇ ਵਿੱਚ ਬਾਦਲ ਵਰਗੇ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈ ਕੇ ਰਾਜ ਭਾਗ ਸਾਂਭ ਜਾਂਦੇ ਸੀ, ਅੱਜ ਨਹੀਂ। ਅੱਜ ਦਾ ਲੋਕ ਇੰਨੇ ਸਿਆਣੇ ਹੋ ਗਏ, ਤੁਸੀਂ ਗੱਲ ਆਪਣੀ ਜ਼ਬਾਨ 'ਚੋਂ ਮਗਰੋਂ ਕੱਢਦੇ ਹੋ, ਲੋਕ ਪਹਿਲਾਂ ਫੜ ਲੈਂਦੇ ਆ। ਸੋ ਇਹੀ ਕਮੀਆਂ ਰਹੀਆਂ। ਮੈਂ ਇਸੇ ਇਹ ਮੰਚ ਨੂੰ ਮੈਂ ਇੰਨੀ ਜ਼ਰੂਰ ਇੱਥੇ ਬੇਨਤੀ ਕਰਨਾ ਚਾਹੁੰਦਾ, ਤੁਹਾਡੇ ਚੈਨਲ ਰਾਹੀਂ ਇੱਕ ਸਲਾਹ ਦੇਣੀ ਚਾਹੁੰਦਾ ਹਾਂ ਕਿ ਇਹੋ ਜਿਹੀ ਗਲਤੀ ਨਾ ਕਰ ਜਿਓ, ਚੱਲੇ ਹੋਏ ਕਾਰਤੂਸਾਂ ਨੂੰ ਜਿਹੜੇ ਪੁਰਾਣੇ ਪੁਰਜੇ ਆ ਮਸ਼ੀਨਰੀ 'ਚ ਉਹ ਨਾ ਫਿੱਟ ਕਰ ਲਓ, ਫਿਰ ਨਹੀਂ ਚੱਲਣੀ ਇਹ। ਪਰ ਲੱਖਾਂ ਸਧਾਣਾ ਵਰਗੇ ਬੰਦੇ ਇੱਕ ਹਲਕੇ 'ਚ ਹੋ ਸਕਦੇ, ਬਾਕੀ ਬੰਦੇ ਤਾਂ ਰਾਜਨੀਤੀ 'ਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਰਾਜਨੀਤੀ ਮਹਿੰਗੀ ਬਹੁਤ ਹੋ ਗਈ। ਹਾਂ, ਇਹ ਗੱਲ ਹੈਗੀ ਹੈ, ਰਾਜਨੀਤੀ ਅੱਜ ਕੱਲ੍ਹ ਪੈਸੇ ਦੀ ਹੋ ਗਈ ਹੈ। ਸੋ ਬਾਈ ਜੀ, ਇਹ ਤਾਂ ਬਦਲਾਅ, ਦੇਖੋ ਇਹੋ ਜਿਹੀ ਗੱਲ ਵੀ ਨਹੀਂ ਹੈ। ਤੁਸੀਂ ਇਹ ਦੇਖੋ, 4 MP ਜਿੱਤੇ ਪੰਜਾਬ ਦੇ ਵਿੱਚ,
ਤੇ ਭਗਵੰਤ ਮਾਨ ਨੇ ਕਿੰਨਾ ਕੁ ਪੈਸਾ ਖਰਚਾ ਹੋਣਾ, ਸਾਧੂ ਸਿੰਘ ਨੇ ਕਿੰਨਾ ਕੁ ਪੈਸਾ ਖਰਚਾ ਮੇਰੇ ਹਲਕੇ ਫਰੀਦਕੋਟ ਤੋਂ 2 ਲੱਖ ਵੋਟ ਦੇ ਨਾਲ ਕਿਰਪਾ ਯਾਤਰੀ, ਇਹੋ ਜਿਹੀ ਗੱਲ ਨਹੀਂ ਹੈ। ਸੋ ਇਹ ਗੱਲਾਂ ਉਹ ਅਗਲੀਆਂ ਲੱਦ ਗਈਆਂ, ਇਹ ਜ਼ਿਆਦਾ ਪ੍ਰੋਪੋਗੰਡਾ ਵੀ ਕੀਤਾ ਜਾਂਦਾ, ਪ੍ਰਚਾਰ ਵੀ ਕੀਤਾ ਜਾਂਦਾ, ਪੈਸੇ ਨਾਲ ਚੋਣ ਜਿੱਤੀ ਜਾਂਦੀ, ਪੈਸੇ ਨਾਲ ਚੋਣ ਜਿੱਤੀ ਜਾਂਦੀ ਹੈ। ਮੌੜ ਹਲਕੇ ਤੋਂ ਜਗਦੇਵ ਸਿੰਘ ਕਮਾਲੂ ਜਿੱਤਿਆ, ਤਲਵੰਡੀ ਤੋਂ ਬਲਜਿੰਦਰ ਕੌਰ ਜਿੱਤੀ ਹੈ, ਇਸ ਲੋਕ ਸਭਾ ਹਲਕੇ ਨੇ 5 MLA ਦਿੱਤੇ ਹੈ, ਉਹਨਾਂ ਨੇ ਕਿੰਨੇ ਕੁ ਪੈਸੇ ਲਾਏ ਹੈ। ਨਹੀਂ ਐਸੀ ਗੱਲ ਨਹੀਂ ਹੈਗੀ, ਮਾਲਵਾ ਮੈਂ ਕਹਿੰਦਾ ਹਮੇਸ਼ਾ ਹੀ ਬਦਲਾਅ ਦਾ ਹਾਮੀ ਰਿਹਾ, ਜਿੰਨੀਆਂ ਲਹਿਰਾਂ ਉੱਠਦੀਆਂ ਰਹੀਆਂ ਨੂੰ ਮਾਲਵੇ 'ਚ ਉੱਠਦੀਆਂ ਰਹੀਆਂ, ਅਤੇ ਮਾਲਵਾ ਇਹਦਾ ਇੱਕ ਸ਼ੁਭ ਸੰਕੇਤ ਹੈ ਇੱਥੋਂ ਅੱਜ ਦੀ ਸ਼ੁਰੂਆਤ ਦਾ ਕਿ ਮਾਲਵਾ ਕੁਛ ਨਾ ਕੁਛ ਰੰਗ ਦਿਖਾਊਗਾ। ਸੋ ਬਿਲਕੁਲ ਸਵਾਸ ਕਰਦੇ ਹਾਂ ਮਾਲਵਾ ਕੁਝ ਰੰਗ ਦਿਖਾਵੇ, ਲੱਖਾਂ ਸਿਧਾਣਾ ਦੀ ਇਹ ਆਸ ਹੈ। ਸੋ ਤੁਸੀਂ ਜੁੜੇ ਹੋਏ ਪ੍ਰਾਈਮ ਏਸ਼ੀਆ ਟੀ ਵੀ ਦੇ ਨਾਲ, ਮੈਨੂੰ ਜਸਵਿੰਦਰ ਬਿੱਟਾ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀ ਵੀ।